ਜੀ ਅਸਲਾਮ ਵਾਲੇਕਮ ਜੀ ਜਨਾਬ, ਕੀ ਹਾਲ ਚਾਲ ਹੈ? ਠੀਕ ਠਾਕ ਜੀ। ਗਾਈਜ਼, ਅੱਜ ਉਸਤਾਦ ਹੋਣੀ ਨਾਸ਼ਤਾ ਬਣਾਉਣ ਲੱਗੇ ਨੇ ਘਰ ਹੀ। ਚਣੇ ਨੇ ਤਾਂ ਸਾਡੇ ਕੋਲ ਡੇਢ ਕੁ ਪਾ ਚਣੇ ਉਬਾਲੇ ਦੇ ਨੇ ਅਸੀਂ, ਅਤੇ ਕੋਈ ਚਾਰ ਪੰਜ ਆਂਡੇ ਨੇ, ਠੀਕ ਹੈ ਜੀ। ਅਤੇ ਉਹ ਨਾਸ਼ਤਾ ਅਸੀਂ ਬਣਾਉਣ ਲੱਗੇ ਹਾਂ ਵੀ ਛੋਟਾ ਜਿਹਾ, ਬਸ ਆਪਣੀ ਫੈਮਿਲੀ ਵਾਸਤੇ ਹੀ, ਠੀਕ ਹੈ। ਅਤੇ ਚਲੋ ਹੁਣ ਨਾਸ਼ਤਾ ਬਣਾਈਏ ਫਿਰ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹ ਵੇਖੋ ਜੀ, ਚਣੇ ਉਬਾਲ ਕੇ ਅਸੀਂ ਰੱਖ ਲਏ ਨੇ, ਠੀਕ ਹੈ। ਇਹ ਚਣੇ ਉਬਲ ਗਏ ਦੇ ਨੇ ਅਤੇ ਹੁਣ ਆਂਡੇ ਉਬਾਲਣ ਲੱਗੇ। ਲਓ ਜੀ ਗਾਈਜ਼, ਇਹ ਵੇਖ ਲਓ, ਚੈੱਕ ਕਰ ਲਓ, ਆਂਡੇ ਵੀ ਉਬਲ ਗਏ ਨੇ ਸਾਡੇ ਕੋਲ, ਠੀਕ ਹੈ। ਇਹ ਆਂਡੇ ਵੀ ਉਬਲ ਗਏ ਨੇ, ਚਣੇ ਵੀ ਉਬਲ ਗਏ, ਆਂਡੇ ਵੀ ਉਬਲ ਗਏ। ਅਤੇ ਹੁਣ ਅਸੀਂ ਤੜਕੇ ਦਾ ਮਸਾਲਾ ਲੱਗੇ ਹਾਂ ਤਿਆਰ ਕਰਨ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਲਓ ਜੀ, ਡੇਢ ਪਾ ਚਣਿਆਂ ਦਾ ਇਹ ਮਸਾਲਾ ਹੈਗਾ, ਇੱਕ ਟਮਾਟਰ, ਚਾਰ ਤੋਂ ਪੰਜ ਮਿਰਚਾਂ, ਠੀਕ ਹੈ, ਇੱਕ ਪਿਆਜ਼, ਠੀਕ ਹੈ। ਡੇਢ ਪਾ ਚਣਿਆਂ ਦਾ ਹੈਗਾ ਇਹ ਮਸਾਲਾ। ਲਓ ਜੀ ਭਾਈ ਜੀ, ਇਹ ਵੇਖ ਲਓ, ਚੈੱਕ ਕਰ ਲਓ, ਇਹ ਲਸਣ ਅਦਰਕ ਹੈ, ਇੱਕ ਗੰਢਾ ਲਸਣ ਦਾ ਸੀ, ਠੀਕ ਹੈ, ਉਹ ਛਿੱਲ ਕੇ ਅਤੇ ਚੱਠੂ ਦੇ ਵਿੱਚ ਪਾ ਲਿਆ ਸੀ, ਅਤੇ ਇਹ ਅੱਧੀ ਗੰਢੀ ਅਦਰਕ ਦੀ, ਠੀਕ ਹੈ। ਇਹਨੂੰ ਹੁਣ ਅਸੀਂ ਲੱਗੇ ਹਾਂ ਕੁੱਟਣ। ਲਓ ਜੀ ਭਾਈ ਜੀ, ਇਹ ਆ ਗਿਆ ਜੇ ਤੜਕੇ ਵਾਸਤੇ ਘਿਓ, ਠੀਕ ਹੈ ਜੀ। ਦੋ ਕੜਛੀਆਂ ਘਿਓ ਦੀਆਂ ਲਾਤੀਆਂ ਨੇ ਇਹ ਵਾਲੀਆਂ, ਦੋ ਕੜਛੀ ਘਿਓ ਦੀਆਂ ਲਾਤੀਆਂ ਜੀ ਭਾਈ ਜੀ, ਚੈੱਕ ਕਰ ਲਓ, ਘਿਓ ਗਰਮ ਹੋ ਗਿਆ, ਠੀਕ ਹੈ। ਅਤੇ ਇਹ ਆ ਗਿਆ ਹੁਣ ਪਿਆਜ਼, ਠੀਕ ਹੈ। ਇਹ ਹੈਗਾ ਘਰ ਦਾ ਨਾਸ਼ਤਾ, ਠੀਕ ਹੈ। ਇਹ ਜ਼ਰਾ ਕੁ ਸਿੰਪਲ ਕਿਸਮ ਦਾ ਹੀ ਅਸੀਂ ਬਣਾਉਣਾ, ਕੋਈ ਇਹਦੇ 'ਚ ਐਸਾ ਫਨ ਨਹੀਂ ਹੈਗਾ ਜਿਹੜਾ ਤੁਸੀਂ ਆਖੋ ਕਿ ਇਹ ਬੜਾ ਔਖਾ ਫਨ ਹੈ। ਬਹੁਤ ਸੌਖਾ ਜਿਹਾ ਫਨ ਹੈਗਾ ਇਹ, ਠੀਕ ਹੈ। ਆਸਾਨ ਤਰੀਕੇ ਨਾਲ ਅੰਡੇ ਚਨੇ ਬਣਾ ਰਹੇ ਹਾਂ। ਲਓ ਜੀ ਭਾਈ ਜੀ, ਇਹ ਆ ਗਿਆ ਜੇ ਮਸਾਲਾ, ਠੀਕ ਹੈ। ਡੇਢ ਚਮਚ ਹਲਦੀ ਦਾ, ਇੱਕ ਚਮਚ ਦੜਾ ਮਿਰਚ, ਠੀਕ ਹੈ ਜੀ, ਅਤੇ ਡੇਢ ਚਮਚ ਹੀ ਨਮਕ ਦਾ, ਠੀਕ ਹੈ। ਅਗਰ ਤੁਸੀਂ ਆਪਣੀ ਮਰਜ਼ੀ ਨਾਲ ਜਿਸ ਤਰ੍ਹਾਂ ਦਾ ਤੁਸੀਂ ਘਰ ਦੇ ਵਿੱਚ ਖਾਣਾ ਚਾਹੁੰਦੇ ਹੋ, ਉਸ ਤਰ੍ਹਾਂ ਦਾ ਤੁਸੀਂ ਇਹ ਲੂਣ ਮਿਰਚ ਪਾ ਸਕਦੇ ਹੋ, ਠੀਕ ਹੈ ਜੀ। ਲਓ ਜੀ ਭਾਈ ਜੀ, ਇਹ ਵੇਖ ਲਓ, ਹਲਕਾ ਬਰਾਊਨ ਹੋ ਗਿਆ, ਠੀਕ ਹੈ ਪਿਆਜ਼। ਅਤੇ ਇਹ ਹੁਣ ਆ ਗਿਆ ਲਸਣ ਅਦਰਕ ਜਿਹੜਾ ਅਸੀਂ ਚੱਠੂ ਦੇ ਵਿੱਚ ਕੁੱਟਿਆ ਸੀ, ਠੀਕ ਹੈ। ਲਓ ਜੀ, ਠੀਕ ਹੈ, ਇਹਨੂੰ ਵੀ ਬਰਾਊਨ ਕਰਾਂਗੇ ਜੀ ਭਾਈ ਜਾਨ। ਇਹ ਵੇਖ ਲਓ, ਚੈੱਕ ਕਰ ਲਓ ਜੀ ਗਾਈਜ਼, ਇਹ ਚੈੱਕ ਕਰੋ, ਇਹ ਪਿਆਜ਼ ਅਤੇ ਅਦਰਕ ਬਰਾਊਨ ਹੋ ਗਿਆ, ਠੀਕ ਹੈ। ਲਸਣ ਵੀ ਬਰਾਊਨ ਹੋ ਗਿਆ, ਅਤੇ ਇਹ ਆ ਗਿਆ ਹੁਣ ਟਮਾਟਰ ਅਤੇ ਹਰੀ ਮਿਰਚ, ਠੀਕ ਹੈ ਜੀ। ਹੁਣ ਇਹਨੂੰ ਹਲਕਾ ਜਿਹਾ ਅਸੀਂ ਕਰਾਂਗੇ, ਮਾਸ਼ਾ ਅੱਲਾ ਜੀ। ਲਓ ਜੀ ਭਾਈ ਜੀ, ਇਹ ਵੇਖੋ ਬਰਾਊਨ ਹੋ ਗਿਆ ਉਹ ਵੀ, ਠੀਕ ਹੈ। ਅਤੇ ਇਹ ਹੁਣ ਨਾਲ ਹੀ ਵਿੱਚ ਮਸਾਲੇ ਜਿਹੜੇ ਅਸੀਂ ਰਲਾਏ ਸੀ ਉਹ, ਠੀਕ ਹੈ, ਇਹਨਾਂ ਨੂੰ ਹਲਕਾ ਜਿਹਾ ਭੁੰਨਾਂਗੇ ਅਤੇ ਬਾਅਦ ਦੇ ਵਿੱਚ ਪਾਣੀ ਲਾਵਾਂਗੇ। ਇਸ ਤਰ੍ਹਾਂ ਕਿਉਂਕਿ ਪਹਿਲੇ ਪਾਣੀ ਲਾਵਾਂਗੇ ਅਤੇ ਇਹਦੀ ਖੁਸ਼ਬੂ ਜਿਹੜੀ ਹੈ ਨਾ, ਇਹਦਾ ਜ਼ਾਇਕਾ ਜਿਹੜਾ ਉਹ ਖਤਮ ਹੋ ਜਾਂਦਾ। ਪਹਿਲੇ ਤੜਕੇ ਦੇ ਵਿੱਚ ਪਾਣੀ ਲਾਵਾਂਗੇ ਅਤੇ ਜ਼ਾਇਕਾ ਇਹਦਾ ਖਤਮ ਹੋ ਜਾਂਦਾ। ਇਸ ਵਾਸਤੇ ਅਸੀਂ ਪਾਣੀ, ਲੂਣ ਮਿਰਚ ਪਹਿਲੇ ਘਿਓ ਦੇ ਵਿੱਚ ਭੁੰਨ ਕੇ ਅਤੇ ਫਿਰ ਬਾਅਦ 'ਚ ਪਾਣੀ ਲਾਈਏ। ਇਹ ਆ ਗਿਆ ਜੀ ਪਾਣੀ, ਠੀਕ ਹੈ ਜੀ, ਇਹ ਹੁਣ ਲੱਗ ਗਿਆ ਪਾਣੀ। ਹੁਣ ਬਣੇਗਾ ਗਰੇਵੀ ਟੈਪ। ਵੇਖਿਆ ਨਾ, ਉਹਨੂੰ ਨਾਲ ਹੀ ਗਰੇਵੀ ਟੈਪ ਹੋ ਜਾਣਾ।
ਲਓ ਜੀ ਭਾਈ ਜੀ, ਇਹ ਵੇਖੋ, ਚੈੱਕ ਕਰ ਲਓ ਵੀ ਇਹ ਗਰੇਬੀ ਵੇਖੋ, ਇਹ ਵੇਖੋ ਗਰੇਬੀ ਕਿਸ ਤਰ੍ਹਾਂ ਸੰਘਣੀ ਹੋ ਗਈ ਹੁਣ, ਠੀਕ ਹੈ ਜੀ। ਅਤੇ ਇਹ ਆ ਗਏ ਚਣੇ, ਮਾਸ਼ਾਅੱਲਾ ਜੀ, ਕਿਆ ਬਾਤ, ਜ਼ਬਰਦਸਤ ਹੋ ਗਿਆ। ਲਓ ਜੀ ਮਾਸ਼ਾਅੱਲਾ, ਇਹ ਵੇਖੋ ਗਰੇਬੀਦਾਰ ਚਣੇ, ਕਿਆ ਬਾਤ ਹੈ ਜੀ। ਲਓ ਜੀ ਭਾਈ ਜੀ, ਇੱਕ ਚਮਚ, ਅੱਧਾ ਚਮਚ ਜਿਹੜਾ ਨਾ ਗਰਮ ਮਸਾਲੇ ਦਾ, ਠੀਕ ਹੈ, ਅੱਧਾ ਚਮਚ ਧਨੀਆ ਪਾਊਡਰ। ਲਓ ਜੀ, ਇੱਕ ਚਮਚ ਪੂਰਾ ਕਾਲੀ ਮਿਰਚ ਦਾ, ਠੀਕ ਹੈ, ਭਰ ਕੇ ਲਾਇਆ ਇੱਕ ਚਮਚ, ਕਿਉਂਕਿ ਦੜਾ ਮਿਰਚ ਅਸੀਂ ਘੱਟ ਲਾਈ ਦੀ ਸੀ, ਇਸ ਵਾਸਤੇ ਇੱਕ ਚਮਚ ਕਾਲੀ ਮਿਰਚ ਦਾ ਭਰ ਕੇ ਲਾਇਆ। ਚਣੇ ਦੇ ਵਿੱਚ ਕਾਲੀ ਮਿਰਚ ਦਾ ਜ਼ਾਇਕਾ ਵੈਸੇ ਵੀ ਬਹੁਤ ਹੀ ਪਿਆਰਾ ਲੱਗਦਾ, ਠੀਕ ਹੈ, ਬਹੁਤ ਮਜ਼ੇਦਾਰ ਬਣਦਾ ਇਹਦਾ ਜ਼ਾਇਕਾ। ਇਹ ਲਓ ਹਾਂ ਜੀ ਭਾਈ ਜੀ, ਇਹ ਵੇਖੋ ਮਾਸ਼ਾਅੱਲਾ, ਸੁਭਾਨ ਅੱਲਾ ਜੀ, ਬੜੇ ਬੜੇ ਹੋਟਲਾਂ ਤੋਂ ਵੀ ਚਣੇ ਖਾਧੇ ਹੋਣਗੇ, ਲੇਕਿਨ ਇਸ ਤਰੀਕੇ ਨਾਲ ਤੁਸੀਂ ਚਣੇ ਬਣਾ ਕੇ ਖਾ ਕੇ ਚੈੱਕ ਕਰਨੇ ਨੇ, ਫਿਰ ਵੇਖਿਓ ਕਿ ਜ਼ਾਇਕਾ ਕਿੰਨਾ ਕੁ ਆਉਂਦਾ, ਠੀਕ ਹੈ। ਇਹ ਜਿਸ ਤਰੀਕੇ ਨਾਲ ਅਸੀਂ ਬਣਾਏ ਨੇ ਚਣੇ, ਇਸੇ ਤਰੀਕੇ ਨਾਲ ਖਾਣੇ ਨੇ। ਇਹ ਵੇਖੋ ਹੋਟਲ ਵਾਲਾ ਹੈ ਨਹੀਂ ਜ਼ਾਇਕਾ ਪੂਰਾ ਹੀ, ਹੈ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਮਾਸ਼ਾਅੱਲਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਅੱਜ ਪਤਾ ਲੱਗਾ ਵੀ ਚਣੇ ਬਣੇ ਨੇ ਕਮਾਲ ਦੇ। ਇਹ ਵੇਖੋ ਜੀ ਹੁਣ ਭਾਈ ਜੀ, ਇਹ ਆਂਡੇ, ਠੀਕ ਹੈ, ਇਹ ਆ ਗਏ ਆਂਡੇ ਵੀ, ਆਂਡੇ ਚਣੇ, ਕਿਆ ਬਾਤ, ਮਾਸ਼ਾਅੱਲਾ, ਸੁਭਾਨ ਅੱਲਾ ਜੀ, ਜ਼ਬਰਦਸਤ, ਆਹ ਬੜੇ ਬੜੇ ਹੋਟਲਾਂ ਤੋਂ ਚਣੇ ਖਾਧੇ ਹੋਣਗੇ, ਲੇਕਿਨ ਇਹ ਚਣੇ ਜਿਹੜੇ ਸਾਡੇ ਨੇ ਨਾ, ਇਹ ਹੋਟਲਾਂ ਤੋਂ ਕਮਾਲ ਦੇ ਚਣੇ ਹੋ ਗਏ ਨੇ, ਕਮਾਲ ਦੇ ਚਣੇ ਬਣੇ, ਮਾਸ਼ਾਅੱਲਾ ਜੀ, ਸੁਭਾਨ ਅੱਲਾ। ਲਓ ਜੀ ਇਹ ਵੇਖ ਲਓ, ਚੈੱਕ ਕਰ ਲਓ ਭਾਈ ਜੀ, ਚਣੇ ਕੈਸੇ ਬਣੇ ਨੇ, ਠੀਕ ਹੈ, ਇਹ ਆਂਡਾ ਵੀ ਆ ਗਿਆ, ਸੁਭਾਨ ਅੱਲਾ ਜੀ, ਮਾਸ਼ਾਅੱਲਾ। ਲਓ ਜੀ ਭਾਈ ਜੀ, ਇਹ ਵੇਖ ਲਓ, ਚੈੱਕ ਕਰ ਲਓ, ਠੀਕ ਹੈ ਜੀ, ਜ਼ਬਰਦਸਤ ਕਿਸਮ ਦਾ ਨਾਸ਼ਤਾ ਤਿਆਰ ਹੋ ਗਿਆ ਭਾਈ, ਸੁਭਾਨ ਅੱਲਾ ਜੀ, ਮਾਸ਼ਾਅੱਲਾ। ਲਓ ਜੀ, ਬਿਸਮਿਲ੍ਲਾ ਰਹਿਮਾਨ ਰਹੀਮ, ਇਹ ਵੇਖ ਲਓ ਜੀ, ਨਾਨ ਵੀ ਅਸੀਂ ਤੰਦੂਰ ਤੋਂ ਲੈ ਕੇ ਆਏ ਹਾਂ, ਕਿਉਂਕਿ ਮਾਹੌਲ ਹੀ ਚਣਿਆ ਦਾ ਐਸਾ ਬਣਿਆ ਦਾ ਵੀ ਤੰਦੂਰ ਵਾਲੇ ਨਾਨ ਹੀ ਖਾਣ ਦਾ ਦਿਲ ਕਰਦਾ ਪਿਆ ਸੀ, ਠੀਕ ਹੈ, ਇਸ ਵਾਸਤੇ ਅਸੀਂ ਨਾਨ ਵੀ ਲੈ ਕੇ ਆਏ ਹਾਂ ਤੰਦੂਰ ਤੋਂ, ਠੀਕ ਹੈ ਜੀ, ਮਾਸ਼ਾਅੱਲਾ ਜੀ, ਸੁਭਾਨ ਅੱਲਾ, ਯਕੀਨ ਕਰੋ ਵਾਕਈ ਬੜੇ ਮਜ਼ੇਦਾਰ ਚਣੇ ਹੈਗੇ ਨੇ। ਬਣਾ ਕੇ ਵੇਖਿਓ ਤੁਸੀਂ ਘਰ, ਯਕੀਨ ਕਰੋ ਨਾ ਮਜ਼ਾ ਆਇਆ ਤੇ ਫਿਰ ਗੱਲ ਕਰਿਓ, ਠੀਕ ਹੈ, ਬਹੁਤ ਜ਼ਬਰਦਸਤ ਚਣੇ ਬਣੇ ਨੇ, ਕਮਾਲ ਹੋ ਗਿਆ ਜੀ।